ਮੋਦੀ ਸਰਕਾਰ ਨੇ ਪਿਛਲੇ 5-6 ਸਾਲਾਂ ਤੋਂ ਜਿੰਨੇ ਵੀ ਫੈਸਲੇ ਲਏ ਇੱਕ ਵੀ ਫੈਸਲਾ ਮੋਦੀ ਸਰਕਾਰ ਨੇ ਵਾਪਸ ਨਹੀਂ ਲਿਆ ਲੱਗਦਾ ਤੁਹਾਨੂੰ ਵੀ ਮੋਦੀ ਸਰਕਾਰ ਇਹ ਫੈਸਲਾ ਵਾਪਸ ਲੈ ਸਕਦੀ ਹੈ ਮੋਤੀ ਨੇ ਜਿਹੜਾ ਹੈਗਾ ਉਹ ਜਿਵੇਂ ਕਪਾਹ ਦੇ ਫੁੱਟਾ ਨੂੰ ਜਿਵੇਂ ਹੱਥ ਪਾ ਪੌਂਡ ਦੀ ਪਜਾਇ ਮਤਲਬ ਭੁਲੇਖੇ ਨਾਲ ਪਾ ਲਿਏ ਉਹ ਜਾਨੀ ਭੁੰਡਾਂ ਦੀ ਖੱਖਰ ਨੂੰ ਉਹਨੇ ਜਾਨੀ ਪੰਜਾਬ ਦੇ ਲੋਕਾਂ ਨੂੰ ਹੱਥ ਪਾ ਰਿਆ ਇਹਨੂੰ ਪਿੱਛੋਂ ਜਿਹੜਾ ਹੈਗਾ ਸਾਮਰਾਜ ਓਹੋ ਇੱਕ ਪਾਲਸੀ ਤਹਿਤ ਲਾਗੂ ਕਰਾਉਣ ਵਾਸਤੇ ਉਹਨਾਂ ਨੇ ਬਾਹ ਮਰੋੜੀ ਹੋਈ ਹੈ ਇਹਨਾਂ ਦੀ ਪੰਜਾਬ ਦੀ ਇਨਸਲਟ ਹੋਈ ਹੈ ਜਤੇਬੰਦੀਆਂ ਦੀ ਇਨਸਲਟ ਹੋਈ ਹੈ ਸਾਡੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੈ ਉਹ ਅਸੀਂ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਜਿਵੇਂ ਕਿਸੇ ਚੀਜ਼ ਦੀ ਨੀਂਹ ਰੱਖੀ ਹੈ ਉਹ ਨੀਂਹ ਤੋਂ ਬਾਅਦ ਸਾਰਿਆਂ ਨੇ ਉਹਦੀ ਉਸਾਰੀ ਕੀਤੀ ਆ ਵਾਰੀ-ਵਾਰੀ ਤੇ ਜੇ ਅੱਜ ਲੈਂਟਰ ਪਾਇਆ ਤਾਂ ਬੇਸ਼ੱਕ ਮਤਲ ਜਿਹੜਾ ਹੈਗਾ ਮੋਦੀ ਸਰਕਾਰ ਨੇ ਪਾਇਆ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਹੈ ਤੇ ਕਿਸਾਨ ਵੀ ਹੁਣ ਚੇਤਨ ਹੋ ਚੁੱਕੇ ਹੈਗੇ ਆ ਇਸ ਬਾਰੇ ਮਤਲ ਜਿਹੜਾ ਹੈਗਾ ਉਹ ਹੁਣ ਸਿਆਸੀ ਪਾਰਟੀਆਂ ਨੂੰ ਆਪਦੇ ਹਮਾਇਤੀ ਨਹੀਂ ਮੰਨਦੇ ਨਵੋਧਿਆ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਪੂਰੇ ਦੇਸ਼ ਦੇ ਹਾਲਾਤਾਂ ਨੂੰ ਅਸੀਂ ਦੇਖ ਰਹੇ ਆ ਲਗਭਗ ਪਿਛਲੇ ਕਰੀਬ 1 ਮਹੀਨੇ ਤੇ ਲਗਭਗ 1 ਮਹੀਨੇ ਤੋਂ ਪੂਰੇ ਭਾਰਤ ਵਿੱਚ ਵੱਖੋ-ਵੱਖਰੀਆਂ ਥਾਵਾਂ ਤੇ ਜੋ ਭਾਰਤ ਸਰਕਾਰ ਦੇ ਵੱਲੋਂ ਖੇਤੀਬਾੜੀ ਆਰਡੀਨੈਂਸ ਲਾਗੂ ਕੀਤੇ ਗਏ ਨੇ ਉਹਨਾਂ ਦੇ ਵਿਰੋਧ ਵਿੱਚ ਪੂਰੇ ਦੇਸ਼ ਦੇ ਵਿੱਚ ਹੀ ਵਿਰੋਧ ਪ੍ਰਦਰਸ਼ਨ ਕਿਸਾਨਾਂ ਦੀਆਂ ਲਗਭਗ ਸਾਰੀਆਂ ਯੂਨੀਅਨਾਂ ਵੱਲੋਂ ਜਥੇਬੰਦੀਆਂ ਵੱਲੋਂ ਹੋ ਰਹੇ ਨੇ ਵੱਖੋ-ਵੱਖਰੇ ਥਾਵਾਂ ਤੇ ਧਰਨਾ ਪ੍ਰਦਰਸ਼ਨ ਔਰ ਲਗਾਤਾਰ ਰੇਲਵੇ ਰੋਕੂ ਅੰਦੋਲਨ ਚੱਲ ਰਹੇ ਨੇ ਸੋ ਅੱਜ ਅਸੀਂ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੇ ਉੱਪਰ ਬੈਠੇ ਆ ਜੀ ਜਿੱਥੇ ਵੱਖੋ-ਵੱਖਰੀਆਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਜਥੇਬੰਦੀਆਂ ਦੇ ਵਰਕਰ ਨੇ ਸੋ ਕਿਸਾਨ ਵੀਰ ਨੇ ਉਹਨਾਂ ਨੇ ਲਗਭਗ ਪਿਛਲੇ 17-18 ਦਿਨਾਂ ਤੋਂ ਲਗਾਤਾਰ ਇੱਥੇ ਰੇਲ ਰੋਕੋ ਧਰਨਾ ਜੋ ਹੈ ਉਹ ਲਾਇਆ ਹੋਇਆ ਹੈ ਸੋ ਅੱਜ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੀਨੀਅਰ ਅਮੀਰ ਪ੍ਰਧਾਨ ਲਾਲ ਸਿੰਘ ਜੀ ਗੋਲੇ ਵਾਲਾ ਔਰ ਨਾਲ ਹੀ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਸਿੱਧੂਪੁਰ ਦੇ ਡਿਪਟੀ ਸਿੰਘ ਨੱਥਨ ਵਾਲਾ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਪਤਵੰਤ ਤੇ ਸੱਜਣ ਨੇ ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਲਾਲ ਸਿੰਘ ਗੋਲੇ ਵਾਲਾ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਲਾਲ ਸਿੰਘ ਗੋਲੇ ਵਾਲਾ ਜੀ ਸਭ ਤੋਂ ਪਹਿਲਾਂ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲਾਲ ਸਿੰਘ ਜੀ ਜੋ ਪਿਛਲੇ ਲਗਭਗ 17-18 ਦਿਨਾਂ ਤੋਂ ਲਗਾਤਾਰ ਪੂਰੇ ਪੰਜਾਬ ਹਰਿਆਣਾ ਵੱਖੋ-ਵੱਖਰ ਦੇਸ਼ ਦੇ ਰਾਜਾਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਕੀ ਤੁਹਾਨੂੰ ਲੱਗਦਾ ਵੀ ਧਰਨੇ ਪ੍ਰਦਰਸ਼ਨਾਂ ਦਾ ਜਾਂ ਪੁਤਲੇ ਸਾੜਨ ਦੇ ਨਾਲ ਸਰਕਾਰ ਦੇ ਉੱਤੇ ਕੋਈ ਅਸਰ ਪਵੇਗਾ ਦੇਖੋ ਜੀ ਅਸਰ ਤਾਂ ਜਦੋਂ ਵੀ ਕੋਈ ਲੋਕ ਵਿਰੋਧੀ ਚੀਜ਼ ਲਾਗੂ ਹੁੰਦੀ ਹੈ ਅ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ ਛੋਟੀਆਂ ਮਤਲਬ ਜਿਹੜੇ ਆ ਆਪਣੇ ਸਥਾਨ ਤੋਂ ਸ਼ੁਰੂ ਹੁੰਦੇ ਧਰਨਿਆਂ ਤੋਂ ਗਾ ਇਹ ਵਾਧੇ 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 ਆ ਹਰ ਚੀਜ਼ ਦਾ ਅਸਰ ਜਿਹੜੀ ਹੈ ਉਹ ਲਾਜ਼ਮੀ ਹੁੰਦਾ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਕਿਉਂਕਿ ਜਿਵੇਂ ਜਿਵੇਂ ਪ੍ਰਦਰਸ਼ਨ ਹੋਣੇ ਆ ਸਰਕਾਰ ਨੂੰ ਲੋਕਾਂ ਦੀ ਗਿਣਤੀ ਦਾ ਲੋਕਾਂ ਦੇ ਰੌਂ ਦਾ ਲੋਕਾਂ ਦੇ ਗੁੱਸੇ ਦਾ ਉਹ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਹ ਦੇ ਵਿੱਚੋਂ ਹੀ ਸਰਕਾਰ ਅੰਦਾਜ਼ੇ ਲਾਉਂਦੀ ਆ ਵੀ ਲੋਕ ਆ ਜਿਹੜੇ ਉਹ ਕਿੰਨਾ ਕੁ ਬਰਦਾਸ਼ਤ ਕਰਨਗੇ ਕਿੰਨਾ ਕੁ ਨਹੀਂ ਕਰਨਗੇ ਇਸ ਕਰਕੇ ਜਿਹੜੇ ਸਾਡੇ ਧਰਨੇ ਵੀ ਐ ਉਹ 17 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਉਸ ਤੋਂ ਪਹਿਲਾਂ ਜਿਹੜੇ ਆ ਹਾਈਵੇ ਜਾਮ ਕੀਤੇ ਐ 2 ਘੰਟੇ ਦੇ ਜਾਮ ਕੀਤੇ ਐ ਇਹ ਪ੍ਰਦਰਸ਼ਨ ਲਗਾਤਾਰ ਪੰਜਾਬ ਦੇ ਵਿੱਚ ਹੀ ਨਹੀਂ ਹੈ ਐਸ ਵੇਲੇ ਜਣੀ ਭਾਰਤ ਦੇ 18 ਸੂਬਿਆਂ ਦੇ ਵਿੱਚ ਇਹ ਸੰਘਰਸ਼ਾ ਜਿਹੜਾ ਫੈਲ ਚੁੱਕਿਆ ਤੇ ਇਹ ਜਿਹੜਾ ਹੈਗਾ ਸਰਕਾਰ ਦੇ ਉੱਤੇ ਅਸਰ ਪੈਣਾ ਇਹਦਾ ਸ਼ੁਰੂ ਹੈ 8 ਤਰੀਕ ਨੂੰ ਪਹਿਲਾਂ ਸੱਦਾ ਦਿੱਤਾ ਕੇਂਦਰ ਸਰਕਾਰ ਨੇ ਪਰ ਉਹ ਏਜੰਡਾ ਸਾਡੀਆਂ ਜੱਥੇ ਪੈਂਦੀਆਂ ਨੇ ਮੰਨਿਆ ਵੀ ਸਹੀ ਨਹੀਂ ਸੀ ਫਿਰ ਉਹਨਾਂ ਨੇ ਦੁਬਾਰਾ ਫੇਰ ਮਤਲ ਜਿਹੜਾ ਸੀਗਾ ਉਹ ਸੱਦਿਆ ਉਹਦੇ ਤੇ ਗਏ ਆ ਪਰ ਉਹਨਾਂ ਨੇ ਇੱਕ ਮਜ਼ਾਕ ਕਰਨ ਵਾਲੀ ਗੱਲ ਕੀਤੀ ਹੈ ਸਾਡੀ ਮਤਲ ਜਿਹੜੀ ਹੈ ਜਥੇਬੰਦੀਆਂ ਦੀ ਟੀਮ ਦੇ ਨਾਲ ਗੱਲਬਾਤ ਦਾ ਸੱਦਾ ਦੇ ਕੇ ਮੰਤਰੀ ਉਹਨਾਂ ਨੇ ਪੰਜਾਬ ਨੂੰ ਭੇਜਤੇ ਤਾਂ ਸਾਡੀਆਂ ਜਥੇਬੰਦੀਆਂ ਨੇ ਇਸ ਨੂੰ ਇਨਸਲਟ ਸਮਝਿਆ ਪੰਜਾਬ ਦੀ ਇਨਸਲਟ ਹੋਈ ਹੈ ਜਥੇਬੰਦੀਆਂ ਦੀ ਇਨਸਲਟ ਹੋਈ ਹੈ ਸਾਡੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਆ ਉਹ ਅਸੀਂ ਬੇਇੱਜ਼ਤੀ ਮਹਿਸੂਸ ਕਰਦੇ ਆ ਇਸ ਕਰਕੇ ਜਿਹੜਾ ਸੰਘਰਸ਼ ਆ ਉਹ ਹੁਣ ਮਤਲਬ ਲਗਾਤਾਰ 15 ਦੀ ਮੀਟਿੰਗ ਤੋਂ ਬਾਅਦ ਫੇਰ ਅੱਗੇ ਆ ਹੁਣ 20 ਨੂੰ ਦੁਬਾਰਾ ਮੀਟਿੰਗ ਹੋ ਰਹੀ ਹੈ ਸਰਕਾਰ ਜਿਹੜਾ ਉਹ ਬੇਸ਼ੱਕ ਪਿੱਛੇ ਨਹੀਂ हट ਰਹੀ ਦੋ ਪੇਚ ਉਹ ਸਾਨੂੰ ਪਤਾ ਵਰਤੇਗੀ ਪਰ ਸਾਡਾ ਸੰਘਰਸ਼ਾ ਜਿਹੜਾ ਉਹ ਅੱਗੇ ਮਤਲਬ ਜਿਹੜਾ ਉਹ ਵਧੇਗਾ ਜਾਰੀ ਹੈ ਤੇ 20 ਨੂੰ ਅਗਲਾ ਕੀ ਸੰਘਰਸ਼ ਆਉਂਦਾ ਤਿੱਖਾ ਜਾਂ ਉਹ ਦਾ ਕੀ ਰੂਪਰੇਖਾ ਬਦਲਦਾ ਇਹ 20 ਦੀ ਮੀਟਿੰਗ ਦੱਸੇਗੀ ਲਾਲ ਸਿੰਘ ਜੀ ਮੋਦੀ ਸਰਕਾਰ ਨੇ ਪਿਛਲੇ 5-6 ਸਾਲਾਂ ਤੋਂ ਜਿੰਨੇ ਵੀ ਫੈਸਲੇ ਲਏ ਭਾਵੇਂ ਉਹ ਜੀਐਸਟੀ ਦਾ ਹੋਵੇ ਭਾਵੇਂ 370 ਧਾਰਾ ਦਾ ਹੋਵੇ ਕਸ਼ਮੀਰ ਦੇ ਵਿੱਚ ਇੱਕ ਵੀ ਫੈਸਲਾ ਮੋਦੀ ਸਰਕਾਰ ਨੇ ਵਾਪਸ ਨਹੀਂ ਲਿਆ ਭਾਵੇਂ ਕਸ਼ਮੀਰ ਦੇ ਵਿੱਚ 6 ਮਹੀਨੇ ਤੱਕ ਆਮ ਲੋਕਾਂ ਨੂੰ ਉੱਥੋਂ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਬੰਦੀ ਕਰਨਾ ਪਿਆ ਉਹਨਾਂ ਨੂੰ ਤਾਂ ਵੀ ਉਹਨਾਂ ਨੇ ਕੋਈ ਫੈਸਲਾ ਵਾਪਸ ਨਹੀਂ ਲਿਆ ਕਿ ਤੁਸੀਂ ਲੱਗਦਾ ਤੁਹਾਨੂੰ ਵੀ ਮੋਦੀ ਸਰਕਾਰ ਇਹ ਫੈਸਲਾ ਵਾਪਸ ਲੈ ਸਕਦੀ ਹੈ ਦੇਖੋ ਜੀ ਫੈਸਲੇ ਤਾਂ ਸਾਨੂੰ ਪਤਾ ਹੈ ਵੀ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਹਨਾਂ ਦੇ ਜਾਨੀ ਦੋ ਝੰਡੇ ਆ ਮੂਰੇ ਇੱਕ ਤਾਂ ਜਿਹੜੀਆਂ ਸਾਮਰਾਜੀ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਲਾਗੂ ਕਰਨੀਆਂ 99 99 ਦੀਆਂ ਜਿਹੜੀਆਂ ਇੱਕ ਤਾਂ ਉਹ ਏਜੰਡਾ ਇੱਕ ਉਹ ਆਪਦਾ ਹਿੰਦੂਤਵ ਦਾ ਏਜੰਡਾ ਲੈ ਕੇ ਆਏ ਆ ਉਹ ਪੈਰਲਲ ਦੋਨੋਂ ਏਜੰਡੇ ਮਤਲਬ ਲਾਗੂ ਕਰ ਰਹੇ ਆ ਲੋਕਾਂ ਨੇ ਠੀਕ ਹੈ ਮਤਲਬ ਉਹਨਾਂ ਨੇ ਕਸ਼ਮੀਰ ਦੇ ਵਿੱਚ ਸਾਰਾ ਕੁਝ ਜਾਮ ਕਰਕੇ ਲੋਕਾਂ ਨੂੰ ਨਹੀਂ ਪਤਾ ਲੱਗਣ ਦਿੱਤਾ ਉਹ 370 ਦੀ ਧਾਰਾ 35 ਏ ਧਾਰਾ ਉਹ ਨੂੰ ਕੰਡਮ ਕਰਕੇ ਖਤਮ ਕਰਕੇ ਉੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਆ ਲੋਕ ਨਹੀਂ ਬੋਲੇ ਹੋਰ ਜਿਹੜੇ ਆ ਆਪਣੀਆਂ ਨੀਤੀਆਂ ਇੱਥੇ ਲਾਗੂ ਕੀਤੀਆਂ ਇਹਨਾਂ ਨੇ ਲੋਕਾਂ ਨੂੰ ਨਹੀਂ ਪਤਾ ਲੱਗਾ ਪਰ ਹੁਣ ਜਿਹੜਾ ਜਦੋਂ ਕਿਸਾਨਾਂ ਦੇ ਖਿਲਾਫ ਤਿੰਨ ਆਰਡੀਨੈਂਸ ਆਏ ਆ ਤਾਂ ਇਹ ਸਾਰੇ ਸਮਾਜ ਨਾਲ ਨੌਜਵਾਨਾਂ ਨਾਲ ਮਜ਼ਦੂਰਾਂ ਨਾਲ ਬਾਜ਼ਾਰ ਦੇ ਨਾਲ ਵਪਾਰੀਆਂ ਨਾਲ ਸਾਰਾ ਤਬਕਾ ਜਿਹੜਾ ਹੈਗਾ ਉਹਦੇ ਨਾਲੇ ਸੰਬੰਧਤਾ ਇਸ ਕਰਕੇ ਗੁੱਸਾ ਜਿਹੜਾ ਹੈਗਾ ਉਹ ਲੋਕਾਂ 'ਚ ਫੈਲਿਆ ਦੂਜੀ ਗੱਲ ਜਿਹੜੀ ਹੈ ਵੀ ਮੋਦੀ ਸਰਕਾਰ ਨੇ ਜਿਹੜੇ ਫੈਸਲੇ ਲਾਗੂ ਕੀਤੇ ਆ ਬੇਸ਼ੱਕ ਉਹ ਲੋਕ ਨਹੀਂ ਬੋਲੇ ਤਾਂ ਉਹਨਾਂ ਨੂੰ ਵੀ ਇਹ ਸੀਗਾ ਵੀ ਜਿਹੜੇ ਅਸੀਂ ਤਿੰਨ ਆਰਡੀਨੈਂਸ ਕਿਸਾਨਾਂ ਦੇ ਵਿਰੁੱਧ ਜਾਰੀ ਕਰ ਰਹੇ ਆਂ ਚਾਹਤ ਲੋਕ ਜਾਂ ਕਿਸਾਨ ਇਹਨੂੰ ਵੀ ਸਹਿ ਲੈਣਗੇ ਵੀ ਪਹਿਲੇ ਫੈਸਲਿਆਂ ਨੂੰ ਨਹੀਂ ਜੇ ਮਤਲਬ ਲੋਕ ਬੋਲੇ ਤਾਂ ਇਹ ਵੀ ਅਸੀਂ ਲਾਗੂ ਕਰਨ 'ਚ ਕਾਮਯਾਬ ਹੋ ਜਾਾਂਗੇ ਪਰ ਮੋਦੀ ਨੇ ਜਿਹੜਾ ਹੈਗਾ ਉਹ ਜਿਵੇਂ ਕਪਾਹ ਦੇ ਫੁੱਟਾ ਨੂੰ ਜਿਵੇਂ ਹੱਥ ਪਾਉਣ ਦੀ ਬਜਾਏ ਮਤਲਬ ਭੁਲੇਖੇ ਨਾਲ ਪਾ ਲਈਏ ਉਹ ਜਾਨੀ ਭੂੰਡਾਂ ਦੀ ਖੱਖਰ ਨੂੰ ਉਹਨੇ ਜਾਨੀ ਪੰਜਾਬ ਦੇ ਲੋਕਾਂ ਨੂੰ ਹੱਥ ਪਾ ਲਿਆ ਤਾਂ ਤੁਹਾਨੂੰ ਪਤਾ ਵੀ ਪੰਜਾਬੀ ਜਿਹੜੀ ਐ ਪੰਜਾਬੀ ਲੋਕ ਨੇ ਪੰਜਾਬ ਦੇ ਲੋਕ ਨੇ ਉਹ ਇੱਕ ਮਾਰਸ਼ਲ ਕੌਮ ਹੈਗੀ ਐ ਲੜਾਕੂ ਕੌਮ ਹੈਗੀ ਐ ਤਾਂ ਅੱਜ ਉਹ ਜਿਹੜਾ ਹੈ ਉਹਨੇ ਇਸ ਨੂੰ ਕਾਨੂੰਨਾ ਨੂੰ ਚੁਣੌਤੀ ਵਜੋਂ ਲਿਆ ਹੈਗਾ ਤੇ ਅੱਜ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਆ ਜਿਹੜਾ ਉਹ ਸਾਡੇ ਹਿੰਦੁਸਤਾਨ ਨੂੰ ਰਸਤਾ ਦਿਖਾ ਰਿਹਾ ਤੇ ਉਹ ਮੋਦੀ ਨੂੰ ਲਾਜਮੀ ਜਿਹੜਾ ਹੈਗਾ ਉਹ ਇਹਨੂੰ ਮਤਲ ਤਾਰੇ ਦਿਖਾਉਣਗੇ ਸਾਡੇ ਲੋਕ ਬੀ ਜਿਹੜਾ ਹੈਗਾ ਵੀ ਇਹ ਤੇਰੇ ਜਿਹੜੇ ਆ ਹੁਣ ਤੱਕ ਜੋ ਤੂੰ ਮਰਜ਼ੀ ਕਰ ਲਿਆ ਇਹੇ ਲਾਗੂ ਅਸੀਂ ਨਹੀਂ ਹੋਣ ਦੇਵਾਂਗੇ ਤੇ ਉਹ ਇਸ ਵੇਲੇ ਪੰਜਾਬ ਨੂੰ ਦੇਖ ਕੇ ਜਾਨੀ ਦੇਸ਼ ਦੀਆਂ 18 ਸਟੇਟਾਂ ਦੇ ਵਿੱਚ ਵੀ ਕਿਸਾਨ ਅੰਦੋਲਨ ਆ ਜਿਹੜਾ ਉਹ ਮਤਲ ਜਿਹੜਾ ਫੈਲਿਆ ਇਹ ਸਾਰੀ ਪੰਜਾਬ ਦੀ ਸਮਝ ਲਓ ਇਹ ਇੱਕ ਰਾਹ ਦਰਸਾਵਾ ਬਣਨਾ ਪੰਜਾਬ ਨੇ ਅੱਛਾ ਤੁਹਾਡੀ ਗੱਲ ਵਿੱਚੋਂ ਗੱਲ ਮੈਨੂੰ ਯਾਦ ਆ ਗਈ 1981 ਦੇ ਵਿੱਚ ਜਦੋਂ ਐਸਵਾਈਐਲ ਨਹਿਰ ਨਿਕਲੀ ਪੰਜਾਬ ਦੇ ਵਿੱਚੋਂ ਇੰਦਰਾ ਗਾਂਧੀ ਸਰਕਾਰ ਨੇ ਉਹੀ ਪੱਥਰ ਰੱਖਿਆ ਉਹਦਾ ਤੇ ਉਦੋਂ ਵੀ ਪੰਜਾਬ ਦੇ ਜਿਹੜੇ ਕਿਸਾਨ ਨੇ ਜਾਂ ਪੰਜਾਬ ਦੀ ਕਿਸਾਨੀ ਨੂੰ ਉਹਨਾਂ ਨੇ ਸਮਝਿਆ ਨਹੀਂ ਸੀ ਤੇ ਉਹਦਾ ਸਿੱਟਾ ਫਿਰ ਬਾਅਦ ਵਿੱਚ ਵੱਖਵਾਦ ਤੇ ਖਾੜਕੂਵਾਦ ਦੇ ਨਤੀਜੇ ਦੇ ਵਜੋਂ ਨਿਕਲਿਆ ਸੀ ਜਿਹਦਾ ਸੰਤਾਪ ਜਿਹੜਾ ਹੈ ਉਹ ਪੰਜਾਬ ਨੂੰ ਬੜਾ ਚਿਰ ਭੋਗਣਾ ਪਿਆ ਕਿ ਤੁਹਾਨੂੰ ਲੱਗਦਾ ਵੀ ਜੇ ਮੋਦੀ ਸਰਕਾਰ ਇਹ ਕਿਸਾਨਾਂ ਦੀ ਜਿਹੜੀ ਸਮੱਸਿਆਵਾਂ ਨੂੰ ਨਹੀਂ ਸਮਝੂਗੀ ਤੇਰਾ ਇਹ ਧਰਨਾ ਪ੍ਰਦਰਸ਼ਨ ਨੇ ਜਾਂ ਇਹ ਸੰਘਰਸ਼ ਹੈ ਉਧਰ ਨੂੰ ਵੀ ਜਾ ਸਕਦਾ ਦੁਬਾਰਾ ਫਿਰ ਦੇਖੋ ਜੀ ਇਹ ਜਿਹੜੇ ਸੀ ਮਸਲੇ ਐਨੇ ਜਿਹੜਾ ਹੁਣ ਦਾ ਮਸਲਾ ਹੈ ਉਹਦੇ ਮੁਕਾਬਲੇ 'ਚ ਜਿਹੜਾ ਪਾਣੀਆਂ ਦਾ ਮਸਲਾ ਹੈ ਜਾਂ ਐਸਵਲ ਐਸਵਾਈਐਲ ਨਹਿਰ ਦਾ ਮਸਲਾ ਸੀਗਾ ਵਿਰੋਧ ਤਾਂ ਲੋਕਾਂ ਨੇ ਉਦੋਂ ਵੀ ਕੀਤਾ ਪਰ ਉਹ ਐਡਾ ਵੱਡਾ ਮਸਲਾ ਨਹੀਂ ਸੀ ਉਹ ਇੱਕ ਕਹਿ ਲੋ ਇਲਾਕੇ ਨਾਲ ਸੰਬੰਧਤ ਸੀਗਾ ਠੀਕ ਆ ਸਰਕਾਰਾਂ ਜਿਹੜੀਆਂ ਉਹ ਨੂੰ ਪੁੱਠਾ ਗੇੜ ਦਿੰਦੀਆਂ ਨੇ ਉਹ ਸਾਡੇ ਲੋਕਾਂ ਨੂੰ ਉਲਝਾ ਕੇ ਇਹੋ ਜਿਹੀ ਮੂਵਮੈਂਟ ਤੋਰਦੀਆਂ ਜਿੱਥੇ ਮਤਲਬ ਉਹਨਾਂ ਨੂੰ ਦਿੰਦਾ ਵੀ ਇੱਥੋਂ ਦੀ ਲੜਾਕੂ ਕੌਮ ਆ ਜਾਂ ਆਪਦੇ ਉਹਨਾਂ ਨੇ ਸਵਾਰਥ ਆ ਜਿਹੜੇ ਨ ਜਿਹੜੇ ਸਿਆਸੀ ਲਾਹੇ ਲੈਣੇ ਹੁੰਦੇ ਆ ਉਹਦੇ ਵਿੱਚੋਂ ਉਹ ਉਸ ਵੇਲੇ ਉਹਨਾਂ ਨੇ ਅਤਵਾਦ ਨੂੰ ਵੀ ਉਤਸ਼ਾਹਤ ਕੀਤਾ ਤੇ ਇਸ ਕਰਕੇ ਉਹ ਐਡੀਆਂ ਘਟਨਾਵਾਂ ਨਹੀਂ ਸੀ ਜਿਹੜਾ ਮਸਲਾ ਅੱਜ ਆ ਉਹਦੇ ਮੁਕਾਬਲੇ 'ਚ ਇਹ ਬਹੁਤ ਵੱਡਾ ਮਤਲ ਜਿਹੜਾ ਹੈਗਾ ਪੰਜਾਬ ਦੇ ਅੰਦਰ ਜਿਹੜੇ ਰਾਜਨੀਤਿਕ ਸਲਾਹਕਾਰ ਨੇ ਜਾਂ ਰਾਜਨੀਤਿਕ ਚਿੰਤਕ ਨੇ ਉਹਨਾਂ ਵੱਲੋਂ ਇਹ ਵੀ ਇੱਕ ਸੰਭਾਵਨਾ ਜਤਾਈ ਜਾ ਰਹੀ ਆ ਵੀ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਵੀ ਲਾਗੂ ਹੋ ਸਕਦਾ ਹੈ ਜੇ ਕਿਸਾਨ ਜਿਹੜੇ ਉਹ ਵਿਰੋਧ ਕਰਨ ਤੋਂ ਨਾ ਹਟੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਜੀ ਇਹ ਇਹ ਤਾਂ ਸਾਨੂੰ ਤਾਂ ਪਹਿਲਾਂ ਹੀ ਪਤਾ ਹੈ ਇਹ ਰਾਜਨੀਤਿਕ ਲੋਕ ਕੀ ਅਸੀਂ ਇਹ ਪਹਿਲਾਂ ਹੀ ਜਾਣਦੇ ਆ ਵੀ ਜਿਹੜੀ ਐਡਾ ਵੱਡਾ ਹਮਲਾ ਹੈਗਾ ਦੇਖੋ ਅ ਪ੍ਰਾਈ ਸਰਕਾਰੀ ਜਿਹੜੇ ادارے ਆ ਉਹ ਸਾਰੇ ਵੇਚ ਤੇ ਸਾਡੇ ਨੌਜਵਾਨ ਬੇਰੁਜ਼ਗਾਰ ਹੋ ਗਏ ਉਹਨਾਂ ਨੂੰ ਘੱਟ ਤਨਖਾਹ ਤੇ ਬਿਨਾ ਕਾਨੂੰਨ ਤੋਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈਗਾ ਸਹੂਲਤਾਂ ਸਾਡੇ ਲੋਕਾਂ ਦੀਆਂ ਖੋਲੀਆਂ ਹੈਗੀਆਂ ਹੋਰ ਸਾਰੇ ਮਤਲ ਜਿਹੜਾ ਹੈਗਾ ਲੋਕਾਂ ਤੇ ਜ਼ਬਰ ਹੋ ਰਿਹਾ ਹੈਗਾ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ ਬੋਲਣ ਦੀ ਆਜ਼ਾਦੀ ਨਹੀਂ ਹੈ ਸਾਰਿਆਂ ਨੂੰ ਜਿਹੜਾ ਹੈਗਾ ਜੇ ਕੋਈ ਬੋਲਦਾ ਸੱਚ ਤਾਂ ਉਹਨੂੰ ਫੜ ਕੇ ਇਹ ਜੀ ਦੇਸ਼த்ਰੋਹੀ ਹੈ ਹਾਂਜੀ ਇਹ ਜੀ ਲੋਕਵਿਰੋਧੀ ਹੈ ਇਹ ਦੇਸ਼ਵਿਰੋਧੀ ਹੈ ਫੜ ਕੇ ਮਤਲ ਜਿਹੜਾ ਕਾਨੂੰਨਾਂ ਦੇ ਰਾਹੀ ਉਹਨਾਂ ਦਾ ਮੂੰਹ ਬੰਦ ਕੀਤਾ ਜਾ ਰਿਹਾ ਹੈਗਾ ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਇਹ ਜਿੱਡਾ ਵੱਡਾ ਹਮਲਾ ਹੈਗਾ ਉਹਨੂੰ ਪਤਾ ਵੀ ਹੁਣ ਤੱਕ ਅਸੀਂ ਜਿਹੜੇ ਐ ਇੰਨੇ ਫੈਸਲੇ ਲਾਗੂ ਕਰਨ ਚ ਕਾਮਯਾਬ ਹੋਏ ਆ ਤੇ ਇਸ ਮਸਲੇ ਨੂੰ ਉਹਨਾਂ ਨੂੰ ਪਤਾ ਨਹੀਂ ਸੀ ਇਹਨੂੰ ਉਹਨਾਂ ਨੇ ਲਾਗੂ ਕਰਨ ਲਈ ਕਿਉਂਕਿ ਇੱਕ ਪਾਲਿਸੀ ਮੈਟਰ ਹੈ ਇਹਨੂੰ ਪਿੱਛੋਂ ਜਿਹੜਾ ਹੈਗਾ ਸਾਮਰਾਜ ਉਹ ਇੱਕ ਪਾਲਿਸੀ ਤਹਿਤ ਲਾਗੂ ਕਰਾਉਣ ਵਾਸਤੇ ਉਹਨਾਂ ਨੇ ਬਾਹ ਮਰੋੜੀ ਹੋਈ ਹੈ ਇਹਨਾਂ ਦੀ ਉਹ ਉਸ ਪਾਸੇ ਇਹਨਾਂ ਨੇ ਵਧਣਾ ਤੇ ਇਹ ਜਿਹੜਾ ਸੰਘਰਸ਼ ਤਿੱਖਾ ਹੋਣਾ ਹੈ ਤਾ ਕੁਦਰਤੀ ਗੱਲ ਹੈ ਇਥੋਂ ਦੀਆਂ ਜਿਹੜੀਆਂ ਰਾਜਨੀਤਿਕ ਸਰਕਾਰਾਂ ਜਾਂ ਪਾਰਟੀਆਂ ਉਹ ਜਾਨੀ ਆਪਦਾ ਵੋਟਾਂ ਦਾ ਲਾਹਾ ਲੈਣ ਲਈ ਉਹ ਥੋੜਾ ਜਿ ਲਚਕ ਦਿੰਦੀਆਂ ਕਿਸਾਨਾਂ ਨੂੰ ਇਸ ਕਰਕੇ ਕੇਂਦਰ ਨੇ ਆਪਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਤੇ ਜੜੀਆਂ ਸਰਕਾਰਾਂ ਇਥੋਂ ਦੀਆਂ ਹੈਗੀਆਂ ਵੀ ਉਹ ਇਹਨਾਂ ਨੂੰ ਲਚਕ ਨਾ ਦੇਣ ਕਿਸਾਨਾਂ ਨੂੰ ਇਸ ਕਰਕੇ ਉਹ ਜਿਹੜਾ ਰਾਸ਼ਟਰਪਤੀ ਸਾਨੂੰ ਪਤਾ ਰਾਜ ਲਾਗੂ ਕਰਨੀਆਂ ਸਾਰੀ ਤਾਕਤ ਆ ਜਿਹੜੀ ਕੇਂਦਰ ਨੇ ਆਪਦੇ ਹੱਥਾਂ ਚ ਲੈਣੀ ਹੈ ਇੱਥੇ ਸਾਨੂੰ ਇਹ ਵੀ ਪਤਾ ਵੀ ਸੀਆਰਪੀ ਵੀ ਆ ਸਕਦੀ ਹੈ ਉਹ ਜਾਨੀ ਫੌਜ ਨੂੰ ਵੀ ਵਰਤ ਸਕਦੀ ਹੈ ਉਹਨਾਂ ਦੀ ਆਪਦੀ ਰਣਨੀਤੀ ਹੈਗੀ ਹੈ ਪਰ ਜਿਹੜਾ ਹੈਗਾ ਸਾਡਾ ਮਸਲਾ ਹੈਗਾ ਵੀ ਐਡੇ ਵੱਡੇ ਹਮਲੇ ਚ ਕੀ ਅਸੀਂ ਜਿਹੜਾ ਭਰਾ ਤਾਂ ਭਰਾ ਨੂੰ ਵੜਨ ਦਾ ਵੱਟ ਪਿੱਛੇ ਇਹ ਤਾਂ ਇੰਨੀਆਂ ਵੱਡੀਆਂ ਇੰਨੀਆਂ ਜ਼ਮੀਨਾਂ ਛੜਨੀਆਂ ਜਿਹੜੀਆਂ ਉਹ ਮਤਲਬ ਵੱਡੀਆਂ ਔਖੀਆਂ ਹੈਗੀਆਂ ਇਸ ਕਰਕੇ ਇਹ ਲੜਾਈ ਜਿਹੜੀ ਹੈ ਕਿਸਾਨ ਆ ਜਿਹੜਾ ਉਮਰ ਦੇ ਦਮ ਤੱਕ ਲੜੇਗਾ ਭਾਵੇਂ ਕਿੰਨਾ ਵੀ ਮਤਲ ਜਿਹੜਾ ਹੈਗਾ ਉਹੋ ਜ਼ਬਰ ਢਾਉਣ ਤੇ ਜ਼ਬਰ ਦੇ ਵਿੱਚੋਂ ਹੀ ਸਾਰਾ ਸੰਘਰਸ਼ਾ ਜਿਹੜਾ ਉਹ ਅੱਗੇ ਵਧਣਾ ਹੈਗਾ ਜਿਹੜੀਆਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੇ ਕਾਂਗਰਸ ਹੈ ਭਾਵੇਂ ਅਕਾਲੀ ਦਲ ਆ ਭਾਵੇਂ ਆਮ ਆਦਮੀ ਪਾਰਟੀ ਜਾਂ ਹੋਰ ਧਿਰਾਂ ਨੇ ਜਿਹੜੀਆਂ ਉਹ ਸਾਰੀਆਂ ਜਿੱਥੇ ਇੱਕ ਪਾਸੇ ਕਿਸਾਨ ਦੇ ਨਾਲ ਤੁਰਨ ਦਾ ਦਾਵਾ ਕਰਦੀਆਂ ਨੇ ਉੱਥੇ ਆਪਣਾ ਡੰਡਾ ਤੇ ਆਪਣਾ ਝੰਡਾ ਵੀ ਚੱਕੀ ਫਿਰਦੀਆਂ ਨੇ ਇਹਨਾਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ 1991 92 ਤੋਂ ਜਾਣੀ ਸਾਰੀਆਂ ਸਿਆਸੀ ਪਾਰਟੀਆਂ ਦੇ ਐਮਪੀਆ ਨੇ ਜਦੋਂ ਇਹ ਪਾਲিসੀਆਂ ਤੇ ਸੈਨ ਕਰਨੇ ਸੀ ਤਾ 545 ਦੇ 545 ਐਮਪੀਆਂ ਨੇ ਸਰਬਸੰਮਤੀ ਨਾਲ ਸਾਈਨ ਕੀਤੇ ਆ ਯਾਨੀ ਸਰਬਸੰਮਤੀ ਦੇ ਨਾਲ ਇਹ ਸਾਰਾ ਸ਼ੁਰੂਆਤ ਹੋਈ ਇਹਦੀ ਤਾ ਵਾਰੀ-ਵਾਰੀ ਸਾਰੀਆਂ ਪਾਰਟੀਆਂ ਨੇ ਕਿਸੇ ਨੇ ਯੂਪੀਏ ਦੇ ਅੰਡਰ ਕਿਸੇ ਨੇ ਐਨਡੀਏ ਦੇ ਅੰਡਰ ਵੱਖ-ਵੱਖ ਜਿਹੜਾ ਰਾਜ ਕਰਦੀਆਂ ਆਈਆਂ ਉਹਨੂੰ ਮਤਲ ਜਿਵੇਂ ਕਿਸੇ ਚੀਜ਼ ਦੀ ਨੀਂਹ ਰੱਖੀ ਐ ਉਹ ਨੀਂਹ ਤੋਂ ਬਾਅਦ ਸਾਰਿਆਂ ਨੇ ਉਹਦੀ ਉਸਾਰੀ ਕੀਤੀ ਆ ਵਾਰੀ-ਵਾਰੀ ਤੇ ਜੇ ਅੱਜ ਲੈਂਟਰ ਪਾਇਆ ਤਾਂ ਬੇਸ਼ੱਕ ਮਤਲ ਜਿਹੜਾ ਹੈਗਾ ਮੋਦੀ ਸਰਕਾਰ ਨੇ ਪਾਇਆ ਨੋਟੀਫਿਕੇਸ਼ਨ ਜਾਰੀ ਕਰਕੇ ਪਰ ਉਹਨੂੰ ਪਾਸ ਜਿਹੜਾ ਕੀਤਾ ਜਾਂ ਇਹ ਨੋਟੀਫਿਕੇਸ਼ਨ ਆਇਆ ਹੈ ਜਾਣੀ ਕੋਈ ਵੀ ਐਮਪੀ ਕੋਈ ਵੀ ਐਮਐਲਏ ਕੋਈ ਮੰਤਰੀ ਇਹਦੇ ਖਿਲਾਫ ਪਹਿਲਾਂ ਨਹੀਂ ਬੋਲਿਆ ਤੇ ਜਿਹੜੇ ਆਰਡੀਨੈਂਸ ਵੀ ਹੈਗੇ ਆ ਉਹ ਰਾਜ ਸਭਾ ਦੇ ਵਿੱਚ ਬਹੁ ਸੰਪਤੀ ਹੁੰਦਿਆਂ ਆ ਰੱਦ ਹੋ ਸਕਦੇ ਸੀ ਪਰ ਉਹਦੇ باوجود ਜਿਹੜਾ ਹੈਗਾ ਬਹੁ ਸੰਪਤੀ ਵਿਰੋਧੀ ਧਰਤੀ ਬਹੁ ਸੰਪਤੀ ਹੋਣ ਦੇ باوجود ਵੀ ਬਿਲ ਪਾਸ ਹੋ ਗਏ ਇਟ ਮੀਨਸ ਮਤਲ ਇਹ ਸਾਰੇ ਰਾਜਨੀਤਿਕ ਲੋਕ ਆ ਜਿਹੜੇ ਇਹ ਰਲੇ ਹੋਏ ਨੇ ਅ ਬਾਦਲ ਪਰਿਵਾਰ ਵੀ ਜਿਹੜਾ ਹੈਗਾ ਉਹ ਤੇਲ ਦੇਖੋ ਤੇਲ ਦੀ ਧਾਰ ਦੇਖੋ ਤੱਕ ਉਹ ਪਾਲਸੀਆਂ ਨੋਟੀਫਿਕੇਸ਼ਨਾਂ ਤੇ ਸਾਈਨ ਵੀ ਕੀਤੇ ਆ ਉਹਨੇ ਤੇ ਜਦੋਂ ਬਿੱਲ ਦੇ ਵਿਰੋਧ ਵਿੱਚ ਵੋਟ ਪਾਉਣ ਦੀ ਗੱਲ ਆਈ ਤੇ ਲੋਕਾਂ ਦਾ ਸੰਘਰਸ਼ ਛੁੱਟਿਆ ਕਿਸਾਨਾਂ ਦਾ ਤਾਂ ਉਸ ਵੇਲੇ ਉਹ ਅਸਤੀਫਾ ਦੇਣ ਲਈ ਕਿਉਂਕਿ ਉਹਨਾਂ ਦੀ ਸਿਆਸੀ ਤੌਰ ਤੇ ਮੌਸ ਹੀ ਪੰਜਾਬ ਦੇ ਵਿੱਚ 22 ਦੀਆਂ ਚੋਣਾਂ ਆ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਆਪਦੀਆਂ ਮਤਲਬ ਕੁਰਸੀਆਂ ਦਾ ਚੋਣਾਂ ਦਾ ਸੀਗਾ ਤੇ ਪੰਜਾਬ ਦੇ ਜਿਹੜਾ ਸਰਕਾਰ ਨੇ ਵੀ ਲੋਕਾਂ ਦੇ ਵਿਰੋਧ ਕਰਕੇ ਹੀ ਮਤਲਬ ਉਹਦੇ ਵਿਰੁੱਧ ਮਤਾ ਪਾਇਆ ਸੀਗਾ ਤਾਂ ਇਹ ਇੱਕ ਇੱਥੇ ਦੋ ਤਿੰਨ ਗੱਲਾਂ ਮਤਲ ਜਿਹੜੀਆਂ ਕਾਊਂਟ ਕਰਦੀਆਂ ਨੇ ਇੱਕ ਤਾਂ ਇਹਨਾਂ ਦਾ ਸਿਆਸੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹਨਾਂ ਨੇ ਆਪਣੇ ਵੋਟ ਬੈਂਕ ਨੂੰ ਬਚਾਉਣਾ ਨੰਬਰ 2 ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਇਹ ਹੈ ਵੀ ਜੇ ਅਸੀਂ ਮਤਲਬ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਬੋਲੇ ਤੇ ਇਹ ਤਾਕਤ ਕਿਸਾਨਾਂ ਦੇ ਦੁਆਲੇ ਇਕੱਠੀ ਹੋ ਗਈ ਤਾਂ ਸਾਨੂੰ ਇਹ ਸਾਰੇ ਹੀ ਨਕਾਰ ਦੇਣਗੇ ਤੇ ਸਾਨੂੰ ਗਾਂ ਨੂੰ ਜਿਹੜਾ ਉਹ ਸਾਡਾ ਰਾਜ ਇੱਥੇ ਬਦਲਿਆ ਜਾਊਗਾ ਤੇ ਸਾਨੂੰ ਗਾਂ ਨੂੰ ਕੁਰਸੀ ਮਿਲਣੀ ਬੰਦ ਹੋ ਜੂ ਤੀਸਰੀ ਗੱਲ ਇਹ ਹੈ ਕਿ ਜੇ ਕਿਸਾਨ ਆ ਜਿਹੜੇ ਜੇ ਉਹ ਸੱਚਮੁੱਚ ਹੀ ਕਿਸਾਨਾਂ ਦੀ ਹਮਾਇਤ ਕਰਨਾ ਚਾਹੁੰਦੇ ਆ ਆ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਆਪਦੇ ਵਰਕਰਾਂ ਨੂੰ ਕਿਸਾਨਾਂ ਨੂੰ ਉਹ ਸਾਰਿਆਂ ਨੂੰ ਕਹਿੰਦੇ ਭਾਈ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੋ ਇੱਕ ਤਾਕਤ ਬਣੋ ਪਰ ਉਹਨਾਂ ਦਾ ਵੱਖ-ਵੱਖ ਜਿਹੜਾ ਹੈਗਾ ਬਰਾਬਰ ਮੁਜਾਰੇ ਕਰਨਾ ਉਹਨਾਂ ਦੇ ਪਿੱਛੇ ਉਹਨਾਂ ਦੀ ਭਾਵਨਾ ਇਹ ਆ ਵੀ ਕਿਸਾਨ ਜਿਹੜੀ ਤਾਕਤ ਆ ਉਹ ਇਕੱਠੀ ਨਾ ਹੋ ਜੇ ਸਾਡੀ ਵੋਟ ਬੈਂਕ ਵੀ ਬਣੀ ਰਵੇ ਕਿਸਾਨਾਂ ਨੂੰ ਇਹ ਵੀ ਲੱਗੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਸਾਡੀ ਮਤਲ ਜਿਹੜੀ ਹੈ ਮਤਲ ਹਮਾਇਤ ਕਰਦੀਆਂ ਅਸਲ ਵਿੱਚ ਇਹ ਜਿਹੜਾ ਕਿਸਾਨਾਂ ਦੀ ਤਾਕਤ ਨੂੰ ਕਮਜ਼ੋਰ ਕਰਕੇ ਵੋਟ ਬੈਂਕ ਆਪ ਦਾ ਕਾਇਮ ਰੱਖਣਾ ਤੇ ਦਿਖਾਵਾ ਕਰਕੇ ਜਾਨੀ ਉਹ ਜਿਹੜੀਆਂ ਨੀਤੀਆਂ ਉਹਦੇ ਪੱਖ ਵਿੱਚ ਭੁਗਤਣਾ ਉਹਨੂੰ ਜਿਹੜਾ ਹੈਗਾ ਲਾਗੂ ਕਰਨ ਦੇ ਵਿੱਚ ਇੱਕ ਟੇਡੇ ਟੰਗ ਨਾਲ ਹਮਾਇਤ ਆ ਉਹ ਸਾਨੂੰ ਮਤਲਬ ਜਿਹੜਾ ਕਿਸਾਨ ਜੱਥੇਬੰਦੀਆਂ ਨੂੰ ਵੀ ਇਸ ਗੱਲ ਬਾਰੇ ਜਾਣਕਾਰੀ ਹੈ ਤੇ ਕਿਸਾਨ ਵੀ ਹੁਣ ਚੇਤਨ ਹੋ ਚੁੱਕੇ ਹੈਗੇ ਆ ਇਸ ਬਾਰੇ ਮਤਲਬ ਜਿਹੜਾ ਹੈਗਾ ਉਹ ਹੁਣ ਸਿਆਸੀ ਪਾਰਟੀਆਂ ਨੂੰ ਆਪਦੇ ਹਮਾਇਤੀ ਨਹੀਂ ਮੰਨਦੇ ਇਹ ਤਾਂ ਉਹ ਠੀਕ ਆ ਵੀ ਆਪਦੇ ਜਿਹੜੇ ਉਹ ਲਾਭਾਂ ਲਈ ਜਿਹੜਾ ਉਹ ਇਸ ਵੇਲੇ ਇੱਕ ਦਿਖਾਵਾ ਕਰ ਰਿਹਾ ਹੈ